ਕਿ ਦਿਨ ਵਿਸਾਖੀ ਦੇ ਬਖਸ਼ ਕੇ ਦਾਤ ਅੰਮ੍ਰਿਤ, ਦਿਨ ਵਿਸਾਖੀ ਦੇ ਬਖਸ਼ ਕੇ ਦਾਤ ਅੰਮ੍ਰਿਤ। ਆ ਸਾਨੂੰ ਸਿੰਘ ਸਜਾਇਆ ਸੀ ਪਾਤਸ਼ਾਹ ਨੇ, ਤੇ ਦਾਤ ਅੰਮ੍ਰਿਤ ਦੀ ਮੰਗ ਫਿਰ ਚੇਲਿਆਂ ਤੋਂ ਆਪਣਾ ਗੁਰੂ ਬਣਾਇਆ ਸੀ ਪਾਤਸ਼ਾਹ ਨੇ। ਦਾਤ ਅੰਮ੍ਰਿਤ ਦੀ ਮੰਗ ਫਿਰ ਚੇਲਿਆਂ ਤੋਂ ਆਪਣਾ ਗੁਰੂ ਬਣਾਇਆ ਸੀ ਪਾਤਸ਼ਾਹ ਨੇ। ਆਏ ਆਪਣੇ ਪੁੱਤਰਾਂ ਤੋਂ, ਪਿਆਰੇ ਖਾਲਸੇ ਤੋਂ ਖਾਨਦਾਨ ਲੁਟਾਇਆ ਸੀ ਪਾਤਸ਼ਾਹ ਨੇ। ਉਹ ਜੋ ਕੁਝ ਕੋਈ ਨਹੀਂ ਦੁਨੀਆਂ 'ਚ ਕਰ ਸਕਿਆ ਉਹ ਕੁਝ ਕਰ ਵਿਖਾਇਆ ਸੀ ਪਾਤਸ਼ਾਹ ਨੇ। ਸਾਡੇ ਕੋਲ ਸਰ ਗੁਰਮੀਤ ਸਿੰਘ ਜੀ, ਸਾਬਕਾ ਆਨਰੇਰੀ ਸਕੱਤਰ ਸ੍ਰੀ ਅਕਾਲ ਤਖਤ ਸਾਹਿਬ ਬੈਠੇ ਨੇ। ਇੱਕ ਬੰਦ ਕਹਿ ਰਿਹਾ, ਸਰ ਗੁਰਮੀਤ ਸਿੰਘ ਜੀ, ਕਿ ਪਾਵਨ ਅੰਮ੍ਰਿਤ ਦੀ ਬਖਸ਼ ਕੇ ਦਾਤ ਦਾਤ ਹੈ, ਸਾਨੂੰ ਬਖਸ਼ੀਆਂ ਸ਼ਕਤੀਆਂ ਸਾਰੀਆਂ ਨੇ। ਪਾਵਨ ਅੰਮ੍ਰਿਤ ਦੀ ਬਖਸ਼ ਕੇ ਦਾਤ ਦਾਤ ਹੈ, ਆ ਸਾਨੂੰ ਬਖਸ਼ੀਆਂ ਸ਼ਕਤੀਆਂ ਸਾਰੀਆਂ ਨੇ। ਦਸਮ ਪਿਤਾ ਨੇ ਵਾਰ ਪਰਿਵਾਰ ਸਾਰਾ ਸਿੱਖੀ ਮਹਿਲ ਦੀਆਂ ਨੀਹਾਂ ਉਹ ਸਾਰੀਆਂ ਨੇ। ਆਪਣੇ ਜਨਮ ਤੋਂ ਲੈ ਕੇ ਖਾਲਸੇ ਨੇ ਹਰ ਮੈਦਾਨ ਅੰਦਰ ਮੱਲਾਂ ਮਾਰੀਆਂ ਨੇ। ਉਹ ਸਾਨੂੰ ਐਵੇਂ ਨਹੀਂ ਦੁਨੀਆ ਸਰਦਾਰ ਕਹਿੰਦੀ, ਸਿਰ ਦੇ ਕੇ ਲਈਆਂ ਸਰਦਾਰੀਆਂ ਨੇ। ਸਾਨੂੰ ਐਵੇਂ ਨਹੀਂ ਦੁਨੀਆ ਸਰਦਾਰ ਕਹਿੰਦੀ, ਆ ਸਿਰ ਦੇ ਕੇ ਲਈਆਂ ਸਰਦਾਰੀਆਂ ਨੇ। ਅੱਜ ਸਾਡੇ ਕੋਲ ਬੈਠੇ ਨੇ ਬਹੁਤ ਸਤਿਕਾਰਤ ਸ਼ਖਸੀਅਤਾਂ, ਤੋਂ ਮੈਂ ਇੱਕ ਗੱਲ ਕਰਨ ਜਾ ਰਿਹਾ ਪੰਜਾਬੀ ਭਾਸ਼ਾ ਦੇ। ਸਾਡੀ ਅਗਵਾਈ ਕਰ ਰਹੇ ਸਰ ਸਰਬਜੀਤ ਸਿੰਘ, ਕਵੀ ਉਹ ਹੁੰਦਾ ਜਿਹੜੇ ਸਮੇਂ ਦੀ ਵੀ ਗੱਲ ਕਰਦਾ, ਤੋਂ ਗੱਲ ਕਰ ਰਿਹਾ ਡਾਕਟਰ ਸਰਬਜੀਤ ਸਿੰਘ ਜੀ। ਪੰਜਾਬੀ ਭਾਸ਼ਾ ਦਾ ਕਰਨ ਲਈ ਬੋਲ ਬਾਲਾ ਆ ਸਾਹਿਤ ਅਕਾਦਮੀ ਗਈ ਬਣਾਈ ਸੋਹਣੀ ਪੰਧੇਰ ਸਾਹਿਬ। ਪੰਜਾਬੀ ਭਾਸ਼ਾ ਦਾ ਕਰਨ ਲਈ ਬੋਲ ਬਾਲਾ ਆ ਸਾਹਿਤ ਅਕਾਦਮੀ ਗਈ ਬਣਾਈ ਸੋਹਣੀ। 70 ਸਾਲਾਂ ਤੋਂ ਸਮੇਂ ਸਮੇਂ ਉੱਤੇ ਮਾਤ ਭਾਸ਼ਾ ਲਈ ਲਹਿਰ ਚਲਾਈ ਸੋਹਣੀ। ਸਤਿਕਾਰਯੋਗ ਡਾਕਟਰ ਸਰਬਜੀਤ ਸਿੰਘ ਜੀ ਅੱਜ ਕੱਲ੍ਹ ਕਰ ਰਹੇ ਸਾਡੀ ਅਗਵਾਈ ਸੋਹਣੀ, ਅਤੇ ਪੰਜਾਬੀ ਭਾਸ਼ਾ ਕਾਨਫਰੰਸ ਹੁਣ ਇਸੇ ਮਹੀਨੇ 27-28 ਨੂੰ ਜਾਣੀ ਕਰਵਾਈ ਸੋਹਣੀ। ਪੰਜਾਬੀ ਭਾਸ਼ਾ ਕਾਨਫਰੰਸ ਹੁਣ ਇਸੇ ਮਹੀਨੇ 27-28 ਨੂੰ ਜਾਣੀ ਕਰਵਾਈ ਸੋਹਣੀ। ਅਤੇ ਮੈਂ ਬੇਨਤੀ ਕਰਾਂਗਾ ਵੀ ਸਾਡੇ ਜਿੰਨੇ ਅਕੈਡਮੀ ਦੇ ਜਿੱਥੇ ਵੀ ਅਹੁਦੇਦਾਰ ਅਤੇ ਮੈਂਬਰ ਸਹਿਬਾਨ ਬੈਠੇ ਨਾ, ਦੋ ਬੰਦ ਤੁਹਾਡੇ ਲਈ ਕਹਿਣ ਜਾ ਰਿਹਾ, ਖੜ੍ਹੇ ਹੋ ਜਾਓ ਸਾਰੇ ਜਣੇ। ਪਤਾ ਹੈ ਸਾਰਾ ਇਤਿਹਾਸ ਇਹਦਾ, ਮਾਂ ਬੋਲੀ ਦਾ ਕਰਨਾ ਹੈ ਬੋਲ ਬਾਲਾ, ਇਹੋ ਰਿਹਾ ਉਦੇਸ਼ ਹੈ। ਖਾਸ ਇਹਦਾ ਸੇਵਾ ਮਿਲੀ ਅੱਜ ਕੱਲ੍ਹ ਸਰਬਜੀਤ ਸਿੰਘ ਨੂੰ, ਸੇਵਾ ਰਹਿ ਕਰਦਾ ਬਣ ਕੇ ਦਾਸ ਇਹਦਾ, ਉਹ ਰੌਣਕ ਭਵਨ ਪੰਜਾਬੀ ਵਿੱਚ ਰਹਿ ਲੱਗੀ ਕਦੇ ਦਿਸੇ ਨਾ ਚਿਹਰਾ ਉਦਾਸ ਇਸਦਾ। ਰੌਣਕ ਭਵਨ ਪੰਜਾਬੀ ਵਿੱਚ ਰਹਿ ਲੱਗੀ ਕਦੇ ਦਿਸੇ ਨਾ ਚਿਹਰਾ ਉਦਾਸ ਇਹਦਾ। ਤੇ ਕੀਤਾ ਤੁਸਾਂ ਭਰੋਸਾ ਇਸ ਟੀਮ ਉੱਤੇ, ਕੀਤਾ ਤੁਸਾਂ ਭਰੋਸਾ
ਇਸ ਟੀਮ ਉੱਤੇ ਇਸ ਭਰੋਸੇ ਦਾ ਮੁੱਲ ਚੁਕਾ ਦੇਵਾਂਗੇ। ਚੁਣੀ ਤੁਸਾਂ ਨੇ ਟੀਮ ਹੈ ਬਹੁਤ ਵਧੀਆ, ਯੋਗਦਾਨ ਆਪਣਾ ਅਹਿਮ ਪਾ ਦੇਵਾਂਗੇ। ਮਾਂ ਬੋਲੀ ਦੇ ਮਾਣ ਸਨਮਾਨ ਖਾਤਰ ਪੂਰਾ ਆਪਣਾ ਤਾਣ ਲਗਾ ਦੇਵਾਂਗੇ। ਉਹ ਸੇਵਾ ਲਾਈ ਜਿਹੜੀ ਸਾਡੀ ਤੁਸਾਂ ਸਭ ਨੇ ਤਨ ਮਨ ਧਨ ਨਾਲ ਸੇਵਾ ਨਿਭਾ ਦੇਵਾਂਗੇ। ਇੱਕ ਗੱਲ ਮੈਂ ਨਾ ਸਾਰਿਆਂ ਨੂੰ ਕਹਿ ਰਿਹਾ, ਡਾਕਟਰ ਸਰਬਜੀਤ ਸਿੰਘ ਜੀ ਸਾਜੋ, ਆਹ ਤੁਹਾਡੇ ਲਈ ਸਾਰੀਆਂ ਗੱਲਾਂ ਸਾਜੋ, ਕੋਈ ਗੱਲ ਨਹੀਂ। ਤੋ ਇਹਨਾਂ ਲਈ ਕਹਿ ਰਿਹਾ, ਸੁਣਿਓ ਸਾਰੇ, ਕਿ ਇੱਕ ਦੂਜੇ ਲਈ ਫੁੱਲ ਗੁਲਾਬ ਬਣਨਾ ਭੰਦੇਰ ਸਾਹਿਬ। ਡਾਕਟਰ ਸਰਬਜੀਤ ਸਿੰਘ ਜੀ, ਇੱਕ ਦੂਜੇ ਲਈ ਫੁੱਲ ਗੁਲਾਬ ਬਣਨਾ, ਕੋਈ ਨਾ ਕਿਸੇ ਲਈ ਚੁੱਭਵਾਂ ਖਾਰ ਹੋਵੇ ਝੱਜ ਸਾਹਿਬ, ਧੁਰ ਅੰਦਰੋਂ ਦਿਲਾਂ ਦੀ ਸਾਂਝ ਹੋਵੇ, ਆਪੋ ਵਿੱਚ ਅਦੁੱਤੀ ਪਿਆਰ ਹੋਵੇ, ਕੈਲੇ ਸਾਹਿਬ ਮਿਲੀਏ ਖੜੇ ਮੱਥੇ ਖੇੜੇ ਵਿੱਚ ਰਹਿ ਕੇ, ਮਿਲੀਏ ਖੜੇ ਮੱਥੇ ਖੇੜੇ ਵਿੱਚ ਰਹਿ ਕੇ, ਇਸ ਅਕਾਦਮੀ ਦੀ ਖਿੜੀ ਗੁਲਜ਼ਾਰ ਹੋਵੇ। ਉਹ ਇੱਕ ਨੂੰ ਚੁਬੇ ਕੰਡਾ ਪੀੜ ਹੋਏ, ਦੂਜੇ ਐਸੀ ਪ੍ਰੇਮ ਵਾਲੀ ਇੱਕੋ ਤਾਰ ਹੋਵੇ। ਇੱਕ ਨੂੰ ਚੁਬੇ ਕੰਡਾ ਪੀੜ ਹੋਏ, ਦੂਜੇ ਸੋਈ ਸਾਹਿਬ ਐਸੀ ਪ੍ਰੇਮ ਵਾਲੀ ਇੱਕੋ ਤਾਰ ਹੋਵੇ। ਤੇ ਸਭ ਤੋਂ ਉੱਤੇ ਹੈ ਸਾਡੇ ਲਈ ਮਾਂ ਬੋਲੀ, ਸਭ ਤੋਂ ਉੱਤੇ ਹੈ ਸਾਡੇ ਲਈ ਮਾਂ ਬੋਲੀ। ਥਾਂ ਥਾਂ ਇਸ ਦੀ ਮਹਿਕ ਫੈਲਾਓ ਮਿੱਤਰੋ, ਆਪੋ ਆਪਣੇ ਇਲਾਕੇ 'ਚ ਰਲ ਮਿਲ ਕੇ ਇਹਨੂੰ ਸਿਖਰਾਂ ਦੇ ਉੱਤੇ ਪਹੁੰਚਾਓ ਮਿੱਤਰੋ। ਸਮਾਂ ਕਦੇ ਵੀ ਕਿਸੇ ਨੂੰ ਬਖਸ਼ਦਾ ਨਹੀਂ, ਸਮਾਂ ਇਸੇ ਦੇ ਲੇਖੇ ਵਿੱਚ ਲਾਓ ਮਿੱਤਰੋ, ਤੇ ਦੁਨੀਆ ਵਿੱਚ ਪੰਜਾਬੀ ਦਾ ਨਾਂ ਗੂੰਜੇ, ਜਾਚਕ ਜੱਗ ਵਿੱਚ ਲਹਿਰ ਚਲਾਓ ਮਿੱਤਰੋ। ਤੇ ਇੱਕ ਬੱਚੇ ਸਾਡੇ ਬਾਹਰਲੇ ਦੇਸ਼ਾਂ 'ਚ ਜਾ ਰਹੇ ਨੇ, ਲਾਸਟ ਬਟ ਨਾਟ ਲੀਸਟ, ਕਵਿਤਾ ਬਹੁਤ ਲੰਬੀ ਹੈ, ਸਮਾਂ ਬਹੁਤ ਥੋੜ੍ਹਾ। ਦੁਨੀਆ ਵਿੱਚ ਪੰਜਾਬੀ ਹਰ ਥਾਂ ਜਾ ਕੇ, ਆ ਦੁਨੀਆ ਵਿੱਚ ਪੰਜਾਬੀ ਹਰ ਥਾਂ ਜਾ ਕੇ ਆਪਣੀ ਕਿਸਮਤ ਦੇ ਵਰਕੇ ਫੋਲਦੇ ਨੇ, ਕਰਦੇ ਨੌਕਰੀ ਜਾਂ ਪੜ੍ਹਾਈ ਕਿਧਰੇ, ਜਾਂ ਫਿਰ ਕਿਤੇ ਜਾ ਕੇ ਬਿਜ਼ਨਸ ਖੋਲਦੇ ਨੇ, ਇੰਗਲਿਸ਼ ਹਿੰਦੀ ਜਾਂ ਬੋਲਦੇ ਹੋਰ ਭਾਸ਼ਾ, ਆ ਬੋਲ ਬੋਲ ਅੰਦਰ ਰਸ ਘੋਲਦੇ ਨੇ, ਪਰ ਹਰ ਬੋਲ ਦਾ ਉਦੋਂ ਹੀ ਮਜ਼ਾ ਆਉਂਦਾ ਜਦ ਪੰਜਾਬੀ ਪੰਜਾਬੀ ਵਿੱਚ ਬੋਲਦੇ ਨੇ, ਹਰ ਬੋਲ ਦਾ ਉਦੋਂ ਹੀ ਮਜ਼ਾ ਆਉਂਦਾ ਜਦ ਪੰਜਾਬੀ ਪੰਜਾਬੀ ਵਿੱਚ ਬੋਲਦੇ।